ਜਿਹੜੀ ਕੱਲ੍ਹ ਮੇਰੀਆਂ ਪਹਿਲਾਂ ਜਿਹੜੀਆਂ ਦੋ ਵੀਡੀਓ ਅਤੇ ਇੱਕ ਆਡੀਓ ਵਾਇਰਲ ਹੋਈ ਹੈ, ਉਹ ਮੈਂ ਸੁਣ ਕੇ ਚੁੱਪ ਸੀ। ਲੋਕਾਂ ਨੇ ਮੈਨੂੰ ਬਹੁਤ ਕੁਛ ਕਿਹਾ। ਕਈ ਲੋਕ ਕਹਿੰਦੇ ਸੀ ਇਹਦੇ ਮਾਨਸਿਕ ਸੰਤੁਲਨ ਖਰਾਬ ਹੈ, ਕਈ ਕਹਿੰਦੇ ਆ ਇਹ ਸਰਕਾਰੀ ਬੋਲੀ ਬੋਲਦੀ ਹੈ। ਮੈਂ ਸਾਰਾ ਕੁਛ ਇਹ ਸੁਣ ਕੇ ਚੁੱਪ ਸੀ। ਇੱਕ ਜਿਹੜਾ ਬਘੇਲਾ ਨਾਂ ਦਾ ਸ਼ਖਸ ਹੈ, ਉਹਨੇ ਬਹੁਤ ਇਸ ਗੱਲ 'ਤੇ ਟਿੱਪਣੀ ਕੀਤੀ। ਕੱਲ੍ਹ ਜਿਹੜੀ ਮਾਨ ਸਿੰਘ ਖਾਰਾ ਦੀ ਜਿਹੜੀ ਵੀਡੀਓ ਆਈ ਹੈ, ਉਹਦੇ ਵਿੱਚ ਸਾਫ਼ ਕਿਹਾ ਵੀ ਪੱਪਲਪ੍ਰੀਤ ਨੇ ਆਹ ਕੁਛ ਕਿਹਾ, ਅਤੇ ਨਾਲੇ ਉਹ ਹਾਸਾ ਹੱਸਦਾ ਮੇਰੇ ਪੱਤ ਦੀ ਸ਼ਹੀਦੀ ਦਾ ਨਾਂ ਲੈ ਕੇ। ਇਹ ਮੇਰੇ ਨਾਲ ਕਿਉਂ ਇਹ ਕਰ ਰਹੀ ਹੈ? ਮੈਂ ਇਹ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਵੀ ਨਾ ਤਾਂ ਮੈਂ ਮਾਨਸਿਕ ਰੋਗੀ ਹਾਂ, ਨਾ ਮੈਂ ਸਰਕਾਰੀ ਹਾਂ। ਮੈਂ ਆਪਦੇ ਪੁੱਤ ਦਾ ਦੁੱਖ ਰੋ ਕੇ ਰੋਇਆ ਉਹਨਾਂ ਵੀਡੀਓ ਵਿੱਚ, ਉਹ ਸਿਆਲਾਂ ਨੇ ਵੀਡੀਓ। ਮੇਰਾ ਵੋਟਾਂ ਨਾਲ ਕੋਈ ਲੈਣਾ ਦੇਣਾ ਨਹੀਂ, ਨਾ ਮੈਂ ਵੋਟਾਂ ਕਰਕੇ ਪਾਈਆਂ। ਕੋਈ ਜਿੱਤੇ ਅਤੇ ਕੋਈ ਹਾਰੇ, ਮੇਰਾ ਪੁੱਤ ਅਤੇ ਦੋਵੇਂ ਪਿਓ ਪੁੱਤ ਸੰਵਿਧਾਨ ਤੋਂ ਉਲਟ ਸੀ, ਪਰ ਇਹਨਾਂ ਨੇ ਸੰਵਿਧਾਨ ਦੀਆਂ ਹੁਣ ਧਜੀਆਂ ਉਡਾਈਆਂ, ਇਹ ਸੰਵਿਧਾਨ ਦੇ ਬਰਾਬਰ ਭੁਗਤੇ ਆ। ਜੇ ਆਹੀ ਕੁਛ ਕਰਨਾ ਸੀਗਾ ਤਾਂ ਮੇਰੇ ਪੁੱਤ ਨੂੰ ਕਿਉਂ ਮਰਵਾਇਆ? ਆਪ ਤਾਂ ਮੈਂ ਇਹੀ ਗੱਲ ਕਹੀ ਵੀ ਆਪ ਤਾਂ ਜੇਲ੍ਹਾਂ ਵਿੱਚ ਬਹਿ ਕੇ ਜਾ ਕੇ ਉੱਥੋਂ ਜਿਹੜਾ ਸਾਰਾ ਕੁਛ ਵਾਇਰਲ ਹੋਇਆ, ਜਿੱਦਣ ਪੱਪਲਪ੍ਰੀਤ 9 ਤਰੀਕ ਨੂੰ ਫੜਿਆ ਜਾਂਦਾ, ਸਾਡੇ ਘਰ CID ਵਾਲਾ ਆਉਂਦਾ। CID ਵਾਲਾ ਕਹਿੰਦਾ ਮੈਂ ਤਾਂ ਤੁਹਾਨੂੰ ਦਫ਼ਤਰ ਬੁਲਾਇਆ CID ਵਾਲੇ ਨੂੰ। ਮੈਂ ਤਾਂ ਕਮਲੀ ਸੀ, ਦੂਜੇ ਦਿਨ ਚਲੀ ਗਈ। ਮੈਂ ਕਿਹਾ ਸੀ ਕਿਹੜਾ ਚੋਰ ਹਾਂ, ਦੂਜੇ ਦਿਨ ਗਈ। ਦੂਜੇ ਦਿਨ ਮੈਂ ਉੱਥੇ ਪੱਪਲਪ੍ਰੀਤ ਨੂੰ ਚਿੱਟੀ ਗੱਡੀ ਵਿੱਚ ਬੈਠਾ, ਕੋਕਾ ਕੋਲਾ ਪੱਗ ਬੱਧੀ, ਚਿੱਟੀ ਸ਼ਰਟ ਪਾਈ, ਮੈਂ ਵੇਖਿਆ ਅਤੇ ਮੈਂ ਵੇਖ ਕੇ ਪਾਸੇ ਨੂੰ ਮੂੰਹ ਕਰ ਲਿਆ। 10 ਤਰੀਕ ਨੂੰ ਉਹ ਜਾਂਦਾ ਅਤੇ ਸਾਨੂੰ ਮਾਵਾਂ ਧੀਆਂ ਨੂੰ 10 ਤੋਂ 14 ਤੱਕ ਉੱਥੇ ਥਾਣੇ ਦੇ ਵਿੱਚ ਰੱਖਿਆ ਜਾਂਦਾ। ਉੱਥੇ ਸਾਥੋਂ ਇਹ ਕਿਹਾ ਗਿਆ ਵੀ ਨਾ ਤੁਹਾਡਾ ਕਸੂਰ ਹੈ, ਨਾ ਤੇਰੀ ਧੀ ਦਾ, ਨਾ ਤੇਰੇ ਪੁੱਤ ਦਾ। ਜਾਣ ਲੱਗਿਆ ਪੱਪਲਪ੍ਰੀਤ ਦੇ ਕਹਿ ਕਹਿ ਕੇ ਗਿਆ ਵੀ ਇਹ ਖੰਡੇ ਨੂੰ ਪਤਾ, ਜੋ ਪਤਾ ਸਾਰਾ ਕੁਛ। ਮੈਂ ਨਾ ਸਰਕਾਰ ਦੇ ਮੂੰਹ 'ਤੇ ਕਹਿੰਦੀ ਹਾਂ ਵੀ ਮੈਨੂੰ ਸਰਕਾਰ ਇੱਥੇ, ਮੈਂ ਖੁਦ ਜਿਹੜੇ ਮੇਰੇ ਹੱਡਾਂ ਨਾਲ ਬੀਤੀਆਂ। ਸਾਨੂੰ ਮੇਰੇ ਪੁੱਤ ਨੂੰ ਇੱਥੋਂ ਕਾਲ ਕਰਾਉਂਦੇ ਰਹੀ ਪੁਲਿਸ, ਉਹ ਕਹਿੰਦਾ ਰਿਹਾ ਮੇਰੀ ਮਾਂ ਅਤੇ ਭੈਣ ਨੂੰ ਛੱਡੋ, ਮੈਥੋਂ ਪੁੱਛੋ ਜਿਹੜਾ ਕੁਛ ਹੈਗਾ। ਮੇਰਾ ਪੁੱਤ ਤਾਂ ਮਰਦੇ ਦਮ ਤੱਕ ਅਖੀਰ ਤੱਕ ਇਹੀ ਕਹਿੰਦਾ ਰਿਹਾ ਵੀ ਬੰਦੇ ਆਉਂਦੇ ਜਾਂਦੇ ਆ ਅਤੇ ਜਾਂਦੇ ਰਹਿੰਦੇ ਆ। ਮੇਰਾ ਪੁੱਤ ਅਖੀਰ ਤੱਕ ਆਪਣੇ ਕੌਮ ਦਾ ਵਫ਼ਾਦਾਰ ਰਿਹਾ। ਮੈਂ ਵੀ ਬੋਲਣ ਨੂੰ ਬਹੁਤ ਕੁਛ ਬੋਲ ਸਕਦੀ ਸੀ, ਸਾਲ ਪਹਿਲਾਂ ਵੀ ਬੋਲ ਸਕਦੀ ਹਾਂ। ਇਹ ਜਿਹੜੀ ਵੀਡੀਓ ਮੇਰੀ ਸਿਆਲਾਂ ਦੀ ਬਣੀ ਹੋਈ ਹੈ, ਮੈਂ ਆਪਦਾ ਦੁੱਖ ਰੋਇਆ, ਆਪਦੇ ਪੁੱਤ ਦਾ ਦੁੱਖ ਰੋਇਆ ਸੀ। ਮੇਰਾ ਜਿਹੜਾ ਮੇਰੇ ਅੰਦਰੋਂ ਅੱਗ ਲੱਗੀ ਹੋਈ ਨਾ ਮੇਰੇ ਅੰਦਰ ਨੂੰ, ਮੇਰਾ ਪੁੱਤ ਖੋਇਆ ਇਹਨਾਂ ਨੇ ਰਲ ਮਿਲ ਕੇ। ਮੈਂ ਸਰਕਾਰਾਂ ਨੂੰ ਦੋਸ਼ੀ ਕਹਿੰਦੀ ਹਾਂ, ਸਰਕਾਰ ਸਭ ਤੋਂ ਵੱਡੀ ਦੋਸ਼ੀ ਹੈ। ਸਰਕਾਰ ਦੇ ਨਾਲ ਜਿਹੜੇ ਮਰਵਾਉਣ ਵਾਲੇ ਮੇਰੇ ਪੁੱਤ ਨੂੰ, ਇਹਨਾਂ ਨੇ ਕਲਿਊ ਦਿੱਤੇ, ਸਾਰਾ ਕੁਛ ਦੱਸਿਆ। ਜਿਹੜੇ ਜੱਥੇਬੰਦੀ ਦੀਆਂ ਨਿੱਜੀ ਗੱਲਾਂ ਸੀ ਉਹ ਸਰਕਾਰ ਨੂੰ ਕਿਵੇਂ ਪਤਾ ਸੀ? ਮੇਰਾ ਪੁੱਤ ਹਰ ਇੱਕ ਗੱਲ 'ਤੇ ਪਿੱਟਦਾ ਰਿਹਾ। ਜੇ ਅੱਜ ਨਾਲਾ ਕਾਂਡ ਹੋਇਆ ਉਦੋਂ ਵੀ ਮੇਰਾ ਪੁੱਤ ਪਿੱਟਿਆ, ਤੁਸੀਂ ਨਾ ਜਾਓ। ਫਿਰ ਜਿੱਦਣ ਦਸਤਾਰਬੰਦੀ ਹੋਈ ਉਦਣ ਵੀ ਮੇਰਾ ਪੁੱਤ ਪਿੱਟਿਆ ਵੀ ਗਦਾਰ ਚੜ੍ਹਾ ਲਏ। ਮੇਰਾ ਪੁੱਤ ਹਰ ਇੱਕ ਗੱਲ ਮੈਨੂੰ ਕਹਿੰਦਾ ਰਿਹਾ। ਮੇਰਾ ਪੁੱਤ ਕੌਮ ਦਾ ਵਫ਼ਾਦਾਰ ਸੀ ਅਤੇ ਵਫ਼ਾਦਾਰ ਰਿਹਾ। ਅਸੀਂ ਨਾ ਕੋਈ ਸਰਕਾਰੀ ਹਾਂ, ਨਾ ਅਸੀਂ ਸਰਕਾਰੀ ਬੋਲੀ ਬੋਲਦੇ ਹਾਂ, ਪਰ ਮੈਨੂੰ ਟਾਰਗੇਟ ਨਾ ਕਰੋ। ਮੇਰੇ ਕੋਲ ਬੋਲਣ ਨੂੰ ਬਹੁਤ ਕੁਛ ਪਿਆ। ਮੈਂ ਇੱਕ ਮਾਂ ਸਬਰ ਕਰਕੇ ਬੈਠੀ ਹਾਂ, ਮੇਰੇ ਝੋਲੇ 'ਚੋਂ ਮੇਰਾ ਪੁੱਤ ਖੋਇਆ, ਮੈਂ ਸਬਰ ਕਰਕੇ ਬੈਠੀ ਹਾਂ, ਇਹ ਮਾਂ ਰੌਲਾ ਪਾਉਂਦੀ ਫਿਰਦੀ ਹੈ। ਇੱਕ ਵਾਰੀ ਪੁੱਛਿਆ ਇਹਨਾਂ ਨੇ ਆਣ ਕੇ, ਮੈਂ ਮੇਰੇ ਪੁੱਤ ਦੀ ਇਹ ਫੋਟੋ ਨਹੀਂ ਲੱਗਣ ਦਿੰਦੀ, ਵੀ ਕਹਿੰਦੀ ਇਹ ਫੋਟੋ ਨਹੀਂ ਲੱਗਣ ਦੇਣੀ, ਇਹ ਦੁੱਕੀ ਦਾ ਬੰਦਾ। ਤੁਸੀਂ ਕੌਮ ਸਾਰੀ ਦੱਸੇ ਮੇਰਾ ਪੁੱਤ ਦੁੱਕੀ ਦਾ ਸੀ ਕਿ ਉਹ ਲੱਖਾਂ ਦਾ ਸੀ। ਇਹਨਾਂ ਨੇ ਮੈਨੂੰ ਇਸ ਗੱਲ ਦਾ ਗੁੱਸਾ ਹੈ, ਜੇ ਕਹੇ ਨਾ ਭੋਗ 'ਤੇ
ਨਾ ਨਹੀਂ ਬੋਲਣ ਤਾਂ, ਮੈਂ ਕਿਉਂ ਨਹੀਂ ਬੋਲਣ ਤਾਂ, ਮੈਨੂੰ ਡਿਗਰੂਗੜ੍ਹ ਦੇ ਵਿੱਚੋਂ ਇਹਨਾਂ ਨੇ ਇੱਕ ਵੀ ਅੱਖਰ ਲਿਖ ਕੇ ਨਹੀਂ ਭੇਜਿਆ, ਮਾਂ ਮਾੜਾ ਕੰਮ ਹੋਇਆ ਅਸੀਂ ਤੇਰੇ ਨਾਲ, ਮੇਰੇ ਪੁੱਤ ਨੇ ਸਾਰੀ ਜਥੇਬੰਦੀ ਸੌਂਪੀ ਉਹਨੂੰ, ਸਾਰਾ ਕੁਛ ਇਹਦੀ ਝੋਲੀ ਪਾ ਲਿਆ, ਮੈਨੂੰ ਇੱਕ ਵਾਰ ਤਾਂ ਕਹਿੰਦਾ ਮਾਂ ਅਸੀਂ ਤੇਰੇ ਨਾਲ ਹੈ। ਇਹਨਾਂ ਨੇ ਕਿਸੇ ਵੀ ਪਰਿਵਾਰ ਦੇ ਜੀ ਨੇ ਮੇਰੀ ਬਾਤ ਨਹੀਂ ਪੁੱਛੀ। ਸਮਾਂ ਇਹ ਆਣ ਕੇ ਐਂ ਕਹਿਣ ਲੱਗੇ ਵੀ ਇਹਨੂੰ ਕੈਂਸਰ, ਮੇਰੇ ਪੁੱਤ ਨੂੰ ਕੋਈ ਕੈਂਸਰ ਨਹੀਂ ਸੀ। ਮੇਰੇ ਪੁੱਤ ਦਾ ਜਿੱਦਣ ਹਸਪਤਾਲ ਜਾਂਦਾ ਉਦਣ ਇੱਕ ਕੁਇੰਟਲ 5 ਕਿਲੋ ਭਾਰ ਸੀ, 4 ਦਿਨਾਂ ਵਿੱਚ 70 ਕਿਲੋ ਹੋ ਜਾਂਦਾ। ਮੈਂ ਬਹੁਤ ਦੁਖੀ ਇਹਨਾਂ ਗੱਲਾਂ ਤੋਂ, ਬਹੁਤ ਕੁਛ ਮੇਰੇ ਕੋਲ ਪਿਆ, ਪਰ ਜਿਹਨੇ ਕਲੀਅਰ ਕਰਨਾ ਨਾ ਪੰਥ ਇਕੱਠਾ ਕਰ ਲਓ ਤਾਂ ਮੈਂ ਸਾਰਾ ਕੁਛ ਦੱਸੂੰਗੀ ਵੀ ਮੇਰੇ ਨਾਲ ਆਹ ਹੋਇਆ। ਮੈਂ ਬਹੁਤ ਵਿਲਕ ਵਿਲਕ ਕਹਿੰਦੀ ਹਾਂ ਵੀ ਮੇਰਾ ਪੁੱਤ ਸਾਜਿਸ਼ ਨਾਲ ਮੁਕਾਇਆ ਗਿਆ ਸਰਕਾਰਾਂ ਦੇ ਨਾਲ ਰਲ ਕੇ। ਸਰਕਾਰ ਬੇਦੋਸ਼ੀ ਨਹੀਂ, ਸਭ ਤੋਂ ਵੱਡੀ ਸਰਕਾਰ ਹੈ। ਜੇ ਮੇਰੇ ਪੁੱਤ 'ਤੇ ਮੋਦੀ ਨੇ ਕੇਸ ਪਾਇਆ ਸੀ, ਸਾਡੇ ਘਰ ਇੱਕ ਵਾਰੀ ਪੁਲਿਸ ਨਹੀਂ ਆਈ। ਹੁਣ ਜਦੋਂ ਇਹ ਗੱਲ ਹੋਈ ਹੈ ਆ ਝੰਡਾ ਲਾਉਣ ਦੀ, ਅਤੇ ਉਦੋਂ ਇੱਧਰ ਅਜਨਾਲੇ ਵਾਲਾ ਕੰਮ ਹੋਇਆ, ਉਦੋਂ ਅਜਨਾਲੇ ਵਾਲੇ ਕੰਮ ਤੋਂ ਮਗਰੋਂ 26 ਜਨਵਰੀ ਨੂੰ ਝੰਡਾ ਲਾਉਣ ਵਾਲੀ ਗੱਲ ਹੋਈ ਆ। ਹਾਲਾਂਕਿ ਅਸੀਂ ਸਬੂਤ ਸਾਰੇ ਦਿੱਤੇ ਸਰਕਾਰ ਨੂੰ, ਉੱਧਰਲੀ ਸਰਕਾਰ ਮੇਰੇ ਪੁੱਤ ਨੂੰ ਐਕਸੈਪਟ ਕਰਦੀ ਹੈ, ਇੱਧਰਲੀ ਸਰਕਾਰ ਮੇਰੇ ਪੁੱਤ ਨੂੰ ਮਾਰਨ ਨੂੰ ਤਿਆਰ ਹੈ। ਇਹ ਸਾਰਾ ਕੁਛ ਰਲੀ ਮਿਲੀ ਸਾਜਿਸ਼ ਹੈ। ਮੈਂ ਬਰਦਾਸ਼ਤ ਕਰੀ ਬੈਠੀ ਹਾਂ ਸਬਰ ਕਰਕੇ, ਕਿਉਂਕਿ ਮੈਂ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਮੇਰਾ ਪੁੱਤ ਵੀ ਸਬਰ ਕਰਕੇ ਚਲਾ ਗਿਆ, ਉਹਨੇ ਵੀ ਅਖੀਰ 'ਤੇ ਗਿਆ, ਬੰਦੇ ਆਉਂਦੇ ਜਾਂਦੇ ਆ ਅਤੇ ਕੌਮ 'ਚ ਦਫਾੜਨੀ ਪੈਣੀ। ਸਟੈਂਡ 'ਤੇ ਰਹੋ, ਦੱਸੋ ਮੈਨੂੰ ਲੋਕੋ, ਸਾਡਾ ਸਟੈਂਡ ਸੜਕਿਆ ਕਿ ਇਹਨਾਂ ਦਾ ਸੜਕਿਆ, ਮੈਨੂੰ ਦੱਸੋ, ਮੈਥੋਂ ਪੁੱਛੋ, ਬਹੁਤ ਕੁਛ ਬੋਲਣ ਨੂੰ ਆ।